ਸ਼ਾਹਕੋਟ ਦੀ ਪੁਲਿਸ ਨੇ 1 ਕਿਲੋਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਸ਼ਾਹਕੋਟ ਵਿਖੇ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਸ ਪਾਸੋਂ ਡੰਗਾਈ ਨਾਲ ਪੁੱਛਗਿੱਛ ਵੀ ਜਾਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਸਮਗਲਿੰਗ ਕਰ ਰਹੇ ਵਿਅਕਤੀਆਂ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ। ਸ਼ਾਹਕੋਟ ਪੁਲਿਸ ਨੂੰ ਅੱਜ ਨਸ਼ੇ ਵਿਰੁੱਧ ਚਲਾਈ ਗਈ ਜਿਹੜੀ ਮੁਹਿੰਮ 'ਚ ਖਾਸ ਸਫਲਤਾ ਮਿਲੀ, ਜਦੋਂ ਮਲਸੀਆਂ ਚੌਕੀ ਦੇ ਇੰਚਾਰਜ ਏਸੀ ਸੰਜੀਵਨ ਸਿੰਘ ਵੱਲੋਂ ਇੱਕ ਵਿਅਕਤੀ ਨੂੰ ਸਿਬੀਆ ਪੈਲਸ ਕੋਲੋਂ ਗ੍ਰਿਫਤਾਰ ਕੀਤਾ, ਜਿਸ ਪਾਸੋਂ 1 ਕਿਲੋਗ੍ਰਾਮ ਫੀਮ ਬਰਾਮਦ ਹੋਈ, ਜਿਸ ਦਾ ਨਾਮ ਚਰਨ ਸਿੰਘ ਹੈ। ਇਹ ਵਾਸੀ ਚਿਤੌੜ, ਜ਼ਿਲ੍ਹਾ ਚਿਤੌੜ ਹੈ, ਰਾਜਸਥਾਨ ਦਾ ਰਹਿਣ ਵਾਲਾ ਹੈ। ਇਸਨੇ ਦੱਸਿਆ ਕਿ ਇਹ ਰਾਜਸਥਾਨ ਤੋਂ ਦਿੱਲੀ ਵਿੱਚ ਜਿਹੜੇ ਆਪਣੇ ਵਿਆਹ ਦੇ ਕਾਰਡ ਹੁੰਦੇ ਆ ਉਹਨਾਂ ਦੇ ਲਈ ਕੰਮ ਕਰਦਾ, ਵਿਆਹ ਦੇ ਕਾਰਡ ਦੇ ਡਿਜ਼ਾਇਨ ਦਾ ਕੰਮ ਕਰਦਾ, ਅਤੇ ਇਹਦੇ ਅਲੱਗ ਅਲੱਗ ਸਟੇਟਸ ਜਿੱਦਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਹਰਿਆਣਾ, ਪੰਜਾਬ, ਹਿਮਾਚਲ, ਇਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਲਿੰਕ ਹੈਗੇ ਆ ਜਾਂ ਕਾਰਡ ਰਾਹੀਂ। ਇਸ ਕਰਕੇ ਜਦੋਂ ਇਹਨੂੰ ਰਾਜਸਥਾਨ ਝਾਰਖੰਡ ਦੇ ਵਿੱਚ ਗਿਆ, ਉੱਥੇ ਇੱਕ ਇਹਨੂੰ ਮੰਗਲ ਨਾਂ ਦਾ ਵਿਅਕਤੀ ਮਿਲਿਆ, ਜਿਸਨੇ ਕਿਹਾ ਕਿ ਮੈਂ ਫੀਮ ਦੀ ਸਪਲਾਈ ਕਰ ਸਕਦਾ, ਜੇ ਤੇਰੇ ਕੋਈ ਗਾਹਕ ਹੋਏ ਤਾਂ ਆਪਾਂ ਤੈਨੂੰ ਦੇ ਦਿਆਂਗੇ। ਅਤੇ ਮੰਗਲ ਨਾਂ ਦੇ ਵਿਅਕਤੀ ਨਾਲ ਤਾਂ ਆਪਣੇ ਕਾਰਡ ਦਾ ਕੰਮ ਕਰਨ ਆਇਆ ਸੀਗਾ ਜੀ, ਨਾਲੇ ਇਹ ਫੀਮ ਲੈ ਕੇ ਆਇਆ। ਇੱਥੇ ਮੰਗਲ ਨਾਂ ਦੇ ਵਿਅਕਤੀ ਨੇ ਦੱਸਣਾ ਸੀਗਾ ਕਿ ਕਿਸ ਨੂੰ ਦੇਣੀ, ਉਸ ਤੋਂ ਪਹਿਲਾਂ ਹੀ ਆਪਣੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਜੀਬ ਨੂੰ ਗ੍ਰਿਫਤਾਰ ਕੀਤਾ, ਪੇਸ਼ ਕਰਕੇ ਇਹਦੇ ਅਗਲਾ ਰਿਮਾਂਡ ਹਾਸਲ ਕਰਕੇ ਪਿਆ। ਕਿਸ ਨੂੰ ਦੇਣੀ ਹੈ ਉਹ ਪਤਾ ਕੀਤਾ ਜਾਏਗਾ, ਅਤੇ ਮੰਗਲ ਸਿੰਘ ਨੂੰ ਜਿਹੜਾ ਝਾਰਖੰਡ ਰਾਂਚੀ ਨੂੰ ਉਸਨੂੰ ਗ੍ਰਿਫਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।